ਇਹ ਮੇਰਾ ਜੇਠ ਲੱਗਦਾ ਸੀ ਘਰ ਦੇ ਪਾਣੀ ਤੋਂ ਕਤਲ ਹੋਇਆ ਅੱਜ ਸਾਨੂੰ ਪਤਾ ਹੀ ਨਹੀਂ ਇਹਨਾਂ ਤੇਜ਼ ਹਥਿਆਰਾਂ ਨਾਲ ਲਿਆਣ ਕੇ ਪੋਰਾ ਪੁੱਟਣ ਤੇ ਜ਼ੋਰ ਨਾਲ ਇਹਨਾਂ ਸਾਡੇ ਬੰਦਿਆਂ ਨੂੰ ਹੱਥੋਂ ਪਾਈ ਪੰਜਾਂ ਚੌਂ ਨੂੰ ਸੱਟਾਂ ਲਾਤੀਆਂ ਤੇ ਇੱਕ ਨੂੰ ਇਹਨਾਂ ਥਾਂ ਹੀ ਮਾਰ ਕੱਤਿਆ ਫਿਰ ਬਾਰੀ ਖੋਲ ਕੇ ਨੇ ਲਲਕਾਰਾ ਮਾਰਿਆ ਵੀ ਫੜ ਲਓ ਤੇ ਉਹਨੇ ਮੁੜ ਕੇ ਆ ਕੇ ਤੇ ਇੱਕ ਨੇ ਉਹਦੇ ਚਾਚੇ ਜੀ ਦੇ ਡੈਥ ਹੋਈ ਜੀ ਦੀ ਉਹਦੇ ਦਾਤਰ ਠੋਕਿਆ ਦੂਜਾ ਕਸਗਾ ਠੋਕਿਆ ਤੇ ਇਹਨੇ ਗੁਰਭੇਜ ਨੇ ਉੱਤੋਂ ਕਾਪਾ ਠੋਕਾ ਤੇ ਪੱਠਿਆਂ ਵਾਲਾ ਜਿਹੜਾ ਵੱਢਦੇ ਆਪਾਂ ਇਹਦੇ ਨਾਲ ਨਾਲ ਅਗਲੇ ਦਿਨ ਜਿੱਧਰ ਅਸੀਂ ਪਾਣੀ ਕੱਢਦੇ ਗਟਰ ਦਾ ਉੱਧਰ ਕੱਢੋ ਅਤੇ ਅਸੀਂ ਪਾਈਪ ਪਾ ਘੱਤੇ ਅਤੇ ਉਹਨਾਂ ਨੇ ਆਉਂਦੇ ਪਾਈਪ ਕਿਉਂ ਪਾਏ ਆ ਅੱਜ ਉਹਨਾਂ ਨੇ ਮੁੰਡੇ ਸੱਦ ਕੇ ਕੋਈ 25-40 ਜਾਣੇ ਫਿਰ ਉਹਨਾਂ ਨੇ ਸਾਡੇ ਵਾਰ ਕਰਨਾ ਸ਼ੁਰੂ ਕਰ ਕਰਤਾ ਸਾਡੇ ਕੋਲ ਕੁਛ ਨਹੀਂ ਉਹਨਾਂ ਕੋਲ ਸਭ ਕੁਝ ਹੈਗਾ ਕਿਰਪਾਨਾ ਅਸੀਂ ਦੱਤ ਰਹੀ ਗਟਰ ਦਾ ਪਾਣੀ ਪੈਂਦਾ ਸੀ ਤੇ ਸਰਪੰਚ ਸਾਹਿਬ ਤੇ ਵਾਹਵਾ ਆਪਣੇ ਪਿੰਡ ਦੀ ਪੰਚਾਇਤ ਬਹਿ ਕੇ ਤੇ ਉਹਨਾਂ ਆਖਿਆ ਵੀ ਸਾਡਾ ਪਾਇਪ ਦੇ ਨਾਲ ਨਾਲ ਅਗਲੇ ਦਿਨ ਜਿੱਧਰ ਅਸੀਂ ਪਾਣੀ ਕੱਢਦੇ ਗਟਰ ਦਾ ਉੱਧਰ ਕੱਢੋ ਅਤੇ ਅਸੀਂ ਪਾਇਪ ਪਾ ਘੱਤੇ ਅਤੇ ਉਹਨਾਂ ਨੇ ਆਉਂਦੇ ਪਾਇਪ ਕਿਉਂ ਪਾਏ ਆ ਅੱਜ ਉਹਨਾਂ ਨੇ ਮੁੰਡੇ ਸੱਦ ਕੇ ਕੋਈ 25-40 ਜਾਣੇ ਤੇ ਉਹਨਾਂ ਘਰੇ ਬਾਏ ਸਾਨੂੰ ਇਹ ਗੱਲ ਦਾ ਪਤਾ ਨਹੀਂ ਸੀ ਤਾਂ ਕੰਮ ਕਰਨ ਦਾ ਰੂੜੀ ਪਾਉਣ ਦਾ ਅਤੇ ਉਹ ਆ ਕੇ ਗਲ ਪੈ ਗਏ ਚਾਚਾ ਜੀ ਦੇ ਅਤੇ ਉਹਨਾਂ ਨੇ ਮੁੜ ਕੇ ਜਦੋਂ ਗਲ ਪੈ ਗਏ ਅਸੀਂ ਘਰੋਂ ਭੱਜੇ ਹਾਂ ਅਸੀਂ ਵੀ ਆ ਗਏ ਫਿਰ ਉਹਨਾਂ ਨੇ ਸਾਡੇ ਵਾਰ ਕਰਨਾ ਸ਼ੁਰੂ ਕਰ ਕਰਤਾ ਸਾਡੇ ਕੋਲ ਕੁਛ ਨਹੀਂ ਉਹਨਾਂ ਕੋਲ ਸਭ ਕੁਝ ਹੈਗਾ ਕਿਰਪਾਨਾ ਅਸੀਂ ਦੱਤ ਰਹੀ ਅਤੇ ਗੁਰਭੇਜ ਆਇਆ ਉਹਨੂੰ ਤੇਜੂ ਕਹਿੰਦੇ ਆ ਅਤੇ ਇੱਕ ਰਾਂਝਾ ਵੱਜਿਆ ਹੜ ਢਾ ਗਿਆ ਫਿਰ ਬਾਰੀ ਖੋਲ੍ਹ ਕੇ ਨੇ ਲਲਕਾਰਾ ਮਾਰਿਆ ਵੀ ਫੜ ਲਓ ਅਤੇ ਉਹਨੇ ਮੁੜ ਕੇ ਆ ਕੇ ਤੇ ਇੱਕ ਨੇ ਉਹਦੇ ਚਾਚੇ ਜੀ ਦੇ ਡੈਥ ਹੋਈ ਜੀ ਦੀ ਉਹਦੇ ਦਾਤਰ ਠੋਕਿਆ ਦੂਜਾ ਕਸਗਾ ਠੋਕਿਆ ਅਤੇ ਇਹਨੇ ਗੁਰਭੇਜ ਨੇ ਉੱਤੋਂ ਕਾਪਾ ਠੋਕਾ ਤੇ ਪੱਠਿਆਂ ਵਾਲਾ ਜਿਹੜਾ ਵੱਢਦੇ ਆਪਾਂ ਅਤੇ ਉਹ ਮੁੜ ਕੇ ਚਾਚਾ ਜੀ ਸਾਡਾ ਉੱਥੇ ਪੂਰਾ ਗਿਆ ਹਾਂਜੀ ਅਤੇ ਮੁੜ ਕੇ ਉਹਨੇ ਭੱਜੇ ਜਾਂਦੇ ਨੇ ਫਿਰ ਵਾਈ ਫਾਇਰ ਕਰ ਗਿਆ ਦੋ ਪਿਸਤੌਲ ਉਹਦੇ ਕੋਲ ਸੀ ਕੌਣ ਕਰ ਗਿਆ ਬਾਈ ਗੁਰਭੇਜ ਸਿੰਘ ਤੁਹਾਡੇ ਕਹਿਣ ਤੋਂ ਭਾਵ ਜਿਹੜਾ ਉੱਥੇ ਜਿਹੜਾ ਝਗੜਾ ਆਇਆ ਵਾ ਉਹ ਪੋਰਿਆਂ ਤੋਂ ਲੈ ਕੇ ਹਾਂਜੀ ਪੋਰਿਆਂ ਤੋਂ ਲੈ ਕੇ ਹੋਇਆ ਹੈ ਅੱਛਾ ਅਤੇ ਜਿਹੜਾ ਇਹ ਜਿਹੜਾ ਮਤਾ ਪੰਚਾਇਤ ਦੀ ਹਾਜ਼ਰੀ 'ਚ ਪਾਇਆ ਗਿਆ ਹਾਂਜੀ ਹਾਂਜੀ ਇਹ ਪੰਚਾਇਤ ਦੀ ਹਾਜ਼ਰੀ 'ਚ ਪਾਇਆ ਗਿਆ ਹੈ ਕਿੱਦਣ ਪਿਆ ਸੀ ਮਤਾ ਜੀ ਇਹ ਮਤੇ ਨੂੰ ਪਰਸੋਂ ਇਹ ਮੇਰਾ ਜੇਠ ਲੱਗਦਾ ਸੀ ਘਰ ਦੇ ਪਾਣੀ ਤੋਂ ਕਤਲ ਹੋਇਆ ਇਹਨਾਂ ਨੇ ਪਾਣੀ ਦਾ ਪਹਿਲਾਂ ਨਿਆਂ ਦਿੱਤਾ ਪੰਚਾਇਤ ਦੇ ਵਿੱਚ ਸਰਤਾਰ ਸਿੰਘ ਸਰਪੰਚ ਬਾਪੂ ਦਿਆਲ ਸਿੰਘ ਲੰਬਰਦਾਰ ਸਰਮਨ ਸਿੰਘ ਰਿਆਂ ਵਾਲਾ ਮੀਤੂ ਸਿੰਘ ਜਹੇਦਾਰ ਸੈਕਟਰੀ ਰਤਨ ਸਿੰਘ ਪੱਪੂ ਸੂਬੇਦਾਰ ਭੇਜਿਆ ਸਾਡਾ ਆਪਣਾ ਮੇਜਰ ਸਿੰਘ ਦਾ ਬੇਟਾ ਇਹਨਾਂ ਸਾਰਿਆਂ ਬੰਦਿਆਂ ਦੇ ਵਿੱਚ ਇਹਨਾਂ ਨੇ ਆ ਦਿੱਤਾ ਸੀ ਇੱਥੋਂ ਪਾਣੀ ਛੱਡ ਕੇ ਅਤੇ ਉੱਥੇ ਕੱਢ ਠੀਕ ਹੈ ਇਹ ਕਿਸ ਦਿਨ ਦੀ ਗੱਲ ਹੈ ਜਦੋਂ ਭੋਰੇ ਪਾਏ ਤੁਸੀਂ ਭੋਰੇ ਪਰਸੋਂ ਪਾਏ ਆ ਨਿਆਂ ਦਿੱਤਾ ਸੀ ਇਹਨਾਂ 15-8 ਦਿਨ ਦੇਖੋ ਅੱਜ ਕੀ ਗੱਲ ਹੋਈ ਅੱਜ ਕੋਈ ਗੱਲ ਨਹੀਂ ਹੋਈ ਵੈਸੇ ਹੀ ਮਾਨਾ ਪਰਸੋਂ ਦੇ ਭੋਰੇ ਪਾਏ ਆ ਪਰਸੋਂ ਦਾ ਪਾਣੀ ਨਿਕਲਣ ਡਿਆ ਹੈ ਅੱਜ ਸਾਨੂੰ ਪਤਾ ਹੀ ਨਹੀਂ ਇਹਨਾਂ ਤੇਜ਼ ਹਥਿਆਰਾਂ ਨਾਲ ਲਿਆਣ ਕੇ ਪੋਰਾ ਪੁੱਟਣ ਦੇ ਜ਼ੋਰ ਨਾਲ ਇਹਨਾਂ ਸਾਡੇ ਬੰਦਿਆਂ ਨੂੰ ਹੱਥੋਂ ਪਾਈ ਪੰਜਾਂ ਚੌਂ ਨੂੰ ਸੱਟਾਂ ਲਾਤੀਆਂ ਅਤੇ ਇੱਕ ਨੂੰ ਇਹਨਾਂ ਥਾਂ ਹੀ ਮਾਰ ਕੱਤਿਆ ਮਾਰਨ ਵਾਲਾ ਸੀਤਲ ਸਿੰਘ ਮਨਜੀਤ ਸਿੰਘ ਗੁਰਭੇਜ ਸਿੰਘ ਸਰਮਨ ਸੋਰਾ ਇਹਨਾਂ ਦੀ ਡੈਥ ਹੋਈ ਉਹ ਤੁਹਾਡੇ ਕੀ ਲੱਗਦੇ ਉਹ ਸਾਡਾ ਜਿਹੜਾ ਬਾਕੀ ਬੰਦਿਆਂ ਦੇ ਵੀ ਸੱਟਾਂ ਲੱਗੀਆਂ ਹਾਂਜੀ ਉਹ ਕਿੱਥੇ ਨੇ ਉਹ ਵੀ ਹਸਪਤਾਲ ਖੜ੍ਹੇ ਹੋਏ ਆ ਇਸ ਵਕਤ ਕੀ ਹੁਣ ਤੁਸੀਂ ਸਰਕਾਰ ਤੋਂ ਮੰਗ ਕਰਦੇ ਸਾਨੂੰ ਨਿਆਂ ਚਾਹੀਦਾ ਸਾਡੀ ਪੂਰੀ ਇਹ ਹਮਦਰਦੀ ਚਾਹੀਦੀ ਸਰਕਾਰ ਦੀ ਪੂਰੀ ਗੱਲ ਸੁਣੀ ਚਾਹੀਦੀ ਪੂਰੇ ਜਿਹੜੀ ਆ ਪੰਚਾਇਤ ਦੀ ਸਹਿਮਤੀ ਨਾਲ ਪਾਏ ਗਏ ਜੀ ਤੁਸੀਂ ਇਹ ਵੇਖੋ ਜੀ ਅੱਜ ਤੋਂ 2 ਮਹੀਨੇ ਪਹਿਲਾਂ ਫੈਸਲਾ ਕਰਵਾਇਆ ਸੀ ਜੀ ਸਾਰੀ ਪੰਚਾਇਤ ਨੇ ਹੋਰ ਵੀ ਬੰਦੇ ਮੌਤ ਭਰ ਗਏ ਸੀ ਉਹ ਮੁੜ ਕੇ ਲੋਕਡਾਊਨ ਆ ਗਿਆ ਲੋਕਡਾਊਨ ਦਾ ਕਰਕੇ ਉਹ ਪੂਰੇ ਨਹੀਂ ਪੈ ਸਕੇ ਹੁਣ ਲੋਕਡਾਊਨ ਟੁੱਟੇ ਤੋਂ ਜਿਹੜਾ ਫੈਸਲਾ ਆਇਆ ਸੀ ਉਹ ਫੈਸਲੇ ਦੇ ਮੁਤਾਬਕ ਪੂਰੇ ਪਾ ਦਿੱਤੇ ਗਏ ਅਤੇ ਹੁਣ ਉਹ ਘਰ ਵਾਲਿਆਂ ਨੇ ਇਤਰਾਜ਼ ਉਠਾਇਆ ਵੀ ਇਹ ਇੱਥੇ ਪੂਰੇ ਜਿਹੜੇ ਆ ਵੀ ਨਹੀਂ ਪੈਂਦੇ ਨੇ ਫਿਰ ਅੱਜ ਦੀ ਘਟਨਾ ਦਾ ਜਿਹੜਾ ਨਾ ਉਸ ਟਾਈਮ 'ਤੇ ਅਸੀਂ ਮੌਕੇ 'ਤੇ ਨਹੀਂ ਹੈਗੇ
की वाकया वा की होया वा कि आया वा कि नहीं गया घटना जी बहुत माड़ी हुई। हाँ जी भाजी की मांग करते सरकार पासों की? सरकार पासों यो मांग करते जी साढ़े घर से जिन्हों बंद ने आगे हमला किया है उन्हें कानूनी कार्रवाई हो सू इंसाफ मिले। जो कतल होया की मामला सर जी? हाँ जी हाँ जी ये साढ़े जे खालड़ा के एस एच ओ जसवंत सिंह उन्होंने एक तलाह मिली सी सवेरे 11 बजे पिंड जरा मदरे आ थाना खालड़े के दो जरा धर आपस में जिंदा झगड़ा आया जिस बंद जख्मी हो हूँ हस्पताल उत्थे खेमकरण दाखिल आ जिसे संबंध में खेमकरण आए थे जिथे मदई जरा रिशपाल सन जोगिंदर सिंह जटवासी मदरा ने इन्हों पास अपनी जी स्टेटमेंट अपना जो बयान लिखवाया वा कि वो अपने पिता जोगिंदर सिंह सन ऑफ जैब सिंह बिकर सिंह सन ऑफ गुरमेज सिंह सुखदेव सिंह सन ऑफ गुरमेज सिंह बलविंदर सिंह सन ऑफ गुरमेज सिंह बलकार सिंह सन ऑफ दया सिंह जसपाल सिंह सन ऑफ जोगिंदर सिंह तरसेम सिंह सन ऑफ सुखदेव सिंह के जोड़ा अपने खेतों के जोड़े कामकार कर रहे थे जोड़े अपने पूरे आ वो जोड़े सके पा रहे थे तो जी दूसरी धिर जी मनजीत सिंह सन ऑफ शीतल सिंह सन ऑफ ठाकर सिंह सरवण सिंह सन ऑफ दर्शन सिंह लाभ सिंह सन ऑफ दर्शन सिंह सन ऑफ ठाकर सिंह गुरभेज सिंह भेजा तो जस्सा सिंह लवप्रीत सिंह जिहड़े मसला डांगा कृपाना बेसबाल दे नाल उत्थे आए आ जिन्हां ने साढ़े जिहड़ा आउंदे सट्टां मारनियां शुरू कर दित्तियां वा तो मेरे बाप दे जिहड़ा वा सिर दे विच वी जिहड़ियां सख्त सट्टां वज्जियां वा जिहदे करके उहदे बाप जोगिंदर सिंह दी मौत हो गई आ तो जिहदे संबंध जिहदे बयानां दे उत्ते जिहड़ी आ ना खालड़ा थाणे विखे FIR 300 2 148 49 307 326 323 के तहत दर्ज की जा रही आ तो दर्ज करके यदि डिगियाई ना तफ्तीश की जाएगी लाश नूं जिहड़ा वा पोस्टमार्टम वास्ते जिहड़ा पट्टी भेजा जा रहा वा तो जिहड़ी भी कानूनी कार्रवाई दोषियों ते होई वो वध तों वध की जाएगी तो दोषियों नूं जल्दी तो जल्दी गिरफ़्तार करके जिहड़ा वा जेल विच भेजा जाएगा। लड़ाई हुई है मद्दर पिंड एक की मौत हो गई है सर इन्होंने बारे की कहना चाहते हैं? इन्होंने दोवों तरह लड़ाई हुई है सट्टा दोवें पास लगे इन्होंने ज्यादा लगी है जी एक बंदा खरा हो चुका उन्होंने पट्टी भेज दिया पोस्टमार्टम से इन्होंने जो इलाज कर रहे हैं सही कर रहे हैं जो बाकी बंदे जी बाकी बंद कर रहे सही कर रहे सारे कर रहे हैं उन्होंने कहना जी डॉक्टर साहब इतने कोई नहीं है कि सानू अपना कोई ट्रीटमेंट शुरू नहीं हटा हो रहा नहीं जी सारी टीम बैठी फिर वो कह रहे एंबूलेंस मंगी है जी साढ़े को 800 रुपया मंगया गया किराया एंबूलेंस का एंबूलेंस जी सरकारी एंबूलेंस जी वो जी जाती है पर किलोमीटर हिसाब से 108 रुपये देती नहीं उन्होंने सरकारी एंबूलेंस का किराया होंगे जी ये हाँ जी हों कुछ किलोमीटर हिसाब होंगे नहीं 800 रुपया कह रहे ऑटो मंगया गया जी नहीं 800 नहीं क्या पता नहीं किन्ना होंगे किलोमीटर गया जी 800 रुपया किलोमीटर हिसाब से होंगे पता नहीं किन्ना होंगे डॉक्टर साहब किन्ने मौजूद है जी ड्यूटी से हूँ डॉक्टर साहब किन्ने मौजूद है ड्यूटी से इतने पूरी टीम आ जाए अंदर स्टिच कर रहे हूँ तक जो सर जख्मी है बाहर घूम रहे ये पुलिस बयान ने लै रही थी ठीक है हाँ जी पुलिस ने बयान लै रहे थे अपने इन्होंने फिर इस करके नहीं हो सकता ठीक है। बिल्कुल सच ज्योतिष एक विद्या एक साइंस एस्ट्रोलॉजर बाबा धर्मिंदर जी जी दा सारी दुनिया नू खुला चैलेंज कि तुसी जिंदगी दी किसी भी समस्या तो परेशान हो कि तुहाडे व्याह विच हो रही है देरी कि तुसी संतान सुख तो वांझे हो कि तुहानू तुहाडा मनचाहा प्यार नहीं मिल रहा कि तुसी लाउणा चाहुंदे हो लॉटरी दा सही नंबर कि तुहानू नौकरी नहीं मिल रही कि तुहाडा वीजा नहीं लग रहा कि तुसी विदेश च पक्का होना चाहुंदे हो धन दी कमी बीमारी तो परेशानी घर बैठे बिठाए ही किया जाएगा तुहाडी समस्या दा समाधान फीस कम होने तो बाद इन्हां सारियां समस्यावां दे पक्के हल लई एक बार जरूर मिलो एस्ट्रोलॉजर बाबा धर्मिंदर जी जी नूं जो करदे ने मुफ्त सेवा मुफ्त समाधान।